हेलो, सत श्री अकाल सारिया नूं। अज आपां मूंग दाल दा हलवा बनावांगे। इस वास्ते आपां चाहिदा है एक कप मूंगी दी दाल दा। उहनूं आपां दो तीन पानी धो के तां भिंग के 5 घंटे लई रख लांगे। इस तों बाद आपां उहदा पेस्ट बना लैणा है। पानी जिहड़ा वाधू कढ के उहनूं मतलब सुका लैणा थोड़ा जिहा मूंग दाल नूं। उह चीनी लैणी है 1 कप, फिर ड्राई फ्रूट लैणे आ, काजू, बदाम, इलायची पाउडर थोड़ा जिहा, 4-5 इलायचियां का पाउडर बना के, तो देसी घी का 1 कप दे, 1 कप आप देसी घी का आप कढ़ाई गर्म करके उहदे विच पा लेना है। उस तो बाद आप उहदे विच पाउणा 1 वड्डा चम्मच सूजी का, 1 वड्डा चम्मच बेसन का। इसनों थोड़ा जिहा आप भुन्नांगे। इहदा पाउण दा इह कारण है कि अपना जिहड़ा हलवा है उह जुड़दा नहीं हैगा, कला कला रहिंदा है वधिया। इस नूं आपां हल्का हल्के आंच ते भुन्नणा आ। जदों थोड़ा जिहा आपणा इह सूजी ते बेसन ब्राउन हो जावे, उहदे विच आपां पेस्ट पा देणा मूंगी दाल दा। उस नूं हौली हौली करना, क्योंकि इहदे विच गुठलियां पै जांदियां। कोई गल नहीं, डरना नहीं, उस नूं हौली हौली आपां भुन्नदे रहिणा आ। उस तों बाद आपां इक साइड ते आपां भुजदा रहिण दो इहनूं। ਉਹ ਆਪਾਂ ਚਾਸ਼ਨੀ ਬਣਾਉਣ ਲਈ ਪਾਣੀ ਰੱਖ ਲੈਣਾ, ਉਹਦੇ ਵਿੱਚ 1 ਕੱਪ ਪਾ ਲੈਣਾ। 1 ਕੱਪ ਚਾਸ਼ਨੀ 'ਚ ਪਾਣੀ, 1 ਕੱਪ ਤਾਂ ਖੰਡ ਪਾਉਣੀ ਆ ਉਹਦੇ ਵਿੱਚ। ਉਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਕਲਰ ਪਾ ਦੇਣਾ, ਤਾਂ ਨਾਲ ਹੀ ਆਪਾਂ ਇਲਾਇਚੀ ਪਾਊਡਰ ਪਾ ਦੇਣਾ ਇਹਦੇ ਵਿੱਚ। ਫਿਰ ਆਪਾਂ ਆਪਣਾ ਜਿਹੜਾ ਮੂੰਗ ਦਾਲ ਦੀ ਪੇਸਟ ਆ ਉਹਨੂੰ ਚੰਗੀ ਤਰ੍ਹਾਂ ਭੁੰਨਣਾ। ਹਲਾਉਂਦੇ ਰਹੋ ਇਹਨੂੰ, ਮਤਲਬ ਥੱਲੇ ਨਹੀਂ ਲੱਗਣ ਦੇਣਾ ਆਪਣੇ ਪੇਸਟ ਨੂੰ, ਜਿਹੜਾ ਮਿਸ਼ਰਨ ਹੈ ਆਪਣਾ। ਹੌਲੀ ਹੌਲੀ ਇਹਨੂੰ ਭੁੰਨਦੇ ਰਹੋ ਥੋੜ੍ਹੀ ਆਂਚ 'ਤੇ। ਆਪਣੀ ਚਾਸ਼ਨੀ ਵੀ ਤਿਆਰ ਹੋ ਗਈ ਹੈ, ਤਾਂ ਆਪਣਾ ਮੂੰਗ ਦਾਲ ਦਾ ਹਲਵਾ ਰੈਡੀ ਹੋ ਰਿਹਾ ਆ। ਦੇਖੋ ਕਿੰਨਾ ਵਧੀਆ ਕਲਰ ਆ ਰਿਹਾ ਆ। ਹਲਕਾ ਹਲਕਾ ਇਹਨੂੰ ਆਪਾਂ ਬਰਾਊਨ ਹੋਣ 'ਤੇ ਭੁੰਨ ਕੇ ਥੋੜ੍ਹਾ ਥੋੜ੍ਹਾ ਥੋੜ੍ਹੀ ਥੋੜ੍ਹੀ ਧੀਮੀ ਆਂਚ 'ਤੇ ਭੁੰਨਣਾ ਇਹਨੂੰ। ਜਦੋਂ ਇਹ ਆਪਣਾ ਥੋੜ੍ਹਾ ਜਿਹਾ ਭੁੱਜ ਗਿਆ, ਬਾਅਦ ਜਦੋਂ ਆਪਣਾ ਭਾਂਡੇ ਦੇ ਨਾਲ ਘੇ ਤਾਂ ਅਲੱਗ ਹੋ ਗਿਆ, ਪੇਸਟ ਅਲੱਗ ਹੋ ਗਿਆ, ਇਹਦਾ ਮਤਲਬ ਆਪਣਾ ਪੇਸਟ ਜਿਹੜਾ ਹੈ ਬਿਲਕੁਲ ਭੁੱਜ ਗਿਆ ਹੈ ਇਹਦਾ, ਮੂੰਗ ਦਾਲ ਦਾ। ਇਸ ਨੂੰ ਆਪਾਂ ਹੁਣ ਭੁੰਨ ਕੇ ਗੈਸ ਭਵਾਂ ਆਪਾਂ, ਜੇ ਨਹੀਂ ਤੁਸੀਂ ਰੱਖ ਸਕਦੇ ਉੱਪਰ ਜ਼ਿਆਦਾ ਤੇਜ਼ ਆਂਚ 'ਤੇ, ਤਾਂ ਫਿਰ ਆਪਾਂ ਥੋੜ੍ਹੀ ਦੇਰ ਸਲੋ ਵੀ ਕਰ ਸਕਦੇ ਹਾਂ, ਨੀਚੇ ਵੀ ਲਾ ਸਕਦੇ ਹਾਂ ਗੈਸ ਤੋਂ। ਫਿਰ ਆਪਾਂ ਚਾਸ਼ਨੀ ਪਾ ਦੇਣੀ ਇਹਦੇ ਵਿੱਚ। ਚਾਸ਼ਨੀ ਪਾ ਕੇ ਇੱਕਦਮ ਆਪਾਂ ਹਾਈ ਫਲੇਮ 'ਤੇ ਲਾਉਣਾ ਗੈਸ ਜਿਹੜਾ ਹੈ। ਇਸਨੂੰ ਹਾਈ ਫਲੇਮ 'ਤੇ ਲਾ ਕੇ ਤਾਂ ਚੰਗੀ ਤਰ੍ਹਾਂ ਇਹਦੇ ਵਿੱਚ ਆਪਾਂ ਚਾਸ਼ਨੀ ਜਿਹੜੀ ਆ ਮਿਕਸ ਕਰ ਦੇਣੀ ਆ। ਫਿਰ ਇਹਦੇ ਵਿੱਚ ਆਪਾਂ ਡਰਾਈ ਫਰੂਟ ਪਾ ਦੇਣੇ ਆ, ਜਿਹੜੇ ਕੱਟੇ ਹੋਏ ਆਪਣੇ ਡਰਾਈ ਫਰੂਟ ਵੀ ਚੰਗੀ ਤਰ੍ਹਾਂ ਇਸ ਵਿੱਚ ਮਿਸ਼ਰਨ ਦੇ ਵਿੱਚ ਆਪਾਂ ਐਡ ਕਰ ਲੈਣੇ। ਕਾਜੂ, ਬਦਾਮ, ਜੇ ਤੁਹਾਨੂੰ ਘੇ ਜ਼ਿਆਦਾ ਲੱਗਦਾ ਆ ਇਹ ਵਿੱਚ ਮਿਕਸ ਹੋ ਜਾਣਾ, ਜਦ ਤੱਕ ਹੌਲੀ ਹੌਲੀ ਆਪਣਾ ਪਾਣੀ, ਚਾਸ਼ਨੀ ਸਾਰਾ ਕੁਛ ਰਲਦਾ ਆ, ਇਹ ਸਾਰਾ ਵਿੱਚ ਮਿਕਸ ਹੋ ਜਾਣਾ ਆ। ਦੇਖੋ ਆਪਣਾ ਕਿੰਨਾ ਵਧੀਆ ਇਹਦਾ ਹਲਵੇ ਦਾ ਆਪਣਾ ਕਲਰ ਹੋਇਆ, ਨਾਲੇ ਆਪਣੀ ਖੁਸ਼ਬੂ ਕਿੰਨੀ ਵਧੀਆ ਆ ਰਹੀ ਹੈ। ਆਪਣਾ ਹਲਵਾ ਮਤਲਬ ਰੈਡੀ ਹੈ, ਕਿਸਮ ਦਾ ਬਹੁਤ ਵਧੀਆ ਬਣ ਕੇ ਤਿਆਰ ਹੋ ਗਿਆ ਹੈ। ਹੁਣ ਆਪਾਂ 1 ਕੱਪ ਬੋਲ ਦੇ ਵਿੱਚ ਇਸਨੂੰ ਕੱਢ ਲਵਾਂਗੇ। ਹੁਣ ਉੱਪਰ ਇਹਦੇ ਡਰਾਈ ਫਰੂਟ ਵੀ ਆਪਾਂ ਪਾ ਸਕਦੇ ਹਾਂ ਗਾਰਨਿਸ਼ ਵਗੈਰਾ ਲਈ। ਥੈਂਕ ਯੂ।